ਮਿਹਰਬਾਨੀ ਕਰਕੇ ਹੁਣ ਤਾਂ ਦੱਸ ਦੇ, ਆ ਸ਼ਾਇਰ ਕਿੱਦਾਂ ਬਣੀਦਾ? ਤੂੰ ਕੀ ਲੈਣਾ ਹੈ ਸ਼ਾਇਰ ਬਣ ਕੇ? ਸ਼ਾਇਰ ਤਾਂ ਝੂਠੇ ਹੁੰਦੇ ਆ। ਰੋਣਾ ਆਉਂਦਾ, ਮੈਨੂੰ ਆਪ ਰੋਣਾ ਆਇਆ। ਬੈਠ ਟਿਕ ਟਿਕ ਮੁੜ ਕੇ ਕਦੇ ਨਹੀਂ ਆਇਆ। ਨਾ ਰੋਈਆਂ, ਇੰਨਾ ਇਮੋਸ਼ਨਲ ਫੀਲ ਕੀਤਾ ਜਿਹੜਾ ਮੈਨੂੰ ਲੱਗਦਾ ਇਹ ਮੂਵੀ ਮੈਂ ਆਪਣੇ ਨਾਲ ਲੈ ਕੇ ਜਾ ਰਹੀ ਹਾਂ ਘਰੇ ਤੱਕ। ਹਰ ਕੋਈ ਸ਼ਾਇਰ ਨਹੀਂ ਬਣ ਸਕਦਾ। ਦੁੱਖ ਸੁੱਖ ਹਾਸਾ ਠੱਠਾ ਸਭ, ਪਰ ਜਦੋਂ ਤੁਸੀਂ ਰੂਹ ਨੂੰ ਸਕੂਨ ਦੇਣਾ ਨਾ, ਉਦੋਂ ਤੁਸੀਂ ਏਦਾਂ ਦੀਆਂ ਫਿਲਮਾਂ ਬਣਾਉਂਦੇ ਹੋ, ਏਦਾਂ ਦੇ ਗਾਣੇ ਰਚਦੇ ਹੋ। ਬਦਤਨ ਨਾਪਾ ਮਿਲੇ ਤੇ ਵਿਛੜੇ। ਟੈਟੂ ਕਰਾਇਆ ਜੀ, ਸ਼ਾਇਰ ਪੱਕਾ ਪਰਮਾਨੈਂਟ ਟੈਟੂ ਆ ਉਰਦੂ ਦੇ ਵਿੱਚ। ਮੈਂ ਕਹੂੰਗਾ ਕਿ ਫਿਲਮਾਂ ਬਹੁਤ ਔਖੀਆਂ ਬਣਦੀਆਂ ਨੇ, ਖਾਸ ਤੌਰ ਤੇ ਇਹੋ ਜਿਹੀ ਫਿਲਮ ਬੜੇ ਵਿਭਾਗ ਨਾਲ ਬਣਦੀ। ਤੂੰ ਮਨ ਯਾ ਨਾ ਮਨ ਬਹੁਤ ਸੋਹਣਾ ਕੰਸੈਪਟ ਹੈ ਕਹਿੰਦਾ ਭਾਅ ਜੀ ਨੇ, ਅਤੇ ਬਹੁਤ ਸਾਰੇ ਕਲਾਕਾਰਾਂ ਨੇ ਵਿੱਚ ਬਹੁਤ ਸੋਹਣਾ ਰੋਲ ਕੀਤਾ ਆ। ਬਹੁਤ ਜਿੱਦਾਂ ਗੁਰਪ੍ਰੀਤ ਭੰਗੂ ਮੈਡਮ ਹੋ ਗਏ, ਮਲਕੀਤ ਰੌਣੀ ਭਾਅ ਜੀ ਹੋ ਗਏ, ਕੇਵਲ ਧਾਲੀਵਾਲ ਭਾਅ ਜੀ, ਬਹੁਤ ਸੋਹਣਾ ਰੋਲ। 10 'ਚੋਂ ਕਿੰਨੇ ਨੰਬਰ ਦਿਓਗੇ? 10 'ਚੋਂ 10 ਨਾ। ਤੁਸੀਂ ਵੀ ਦੇਖੀ ਜੀ? ਹਾਂਜੀ, ਕਿਵੇਂ ਲੱਗੀ? ਬਹੁਤ ਵਧੀਆ ਵੀਰੇ, ਬਹੁਤ ਵਧੀਆ। ਕਿੰਨੇ ਨੰਬਰ ਦਿਓਗੇ 10 'ਚੋਂ? 10 'ਚੋਂ 10 ਵੀਰੇ। ਹੋਰ ਤੁਸੀਂ ਦੇਖੀ? ਹਾਂਜੀ ਹਾਂ। ਕਿਵੇਂ ਲੱਗੀ? ਅਦਾਕਾਰੀ ਨੂੰ ਦੱਸੋ ਕੀ ਸਭ ਤੋਂ ਵਧੀਆ, ਕਿਹਦੀ ਅਦਾਕਾਰੀ ਲੱਗੀ? ਅਦਾਕਾਰੀ ਦੋਨਾਂ ਦੀ, ਮੇਨ ਐਕਟਰਸ ਦੀ, ਜਿਹੜੀ ਆਪਣੇ ਨੀਰੂ ਬਾਜਵਾ ਹੋ ਗਈ, ਜਿਵੇਂ ਬਖੂਬੀ ਉਹਨਾਂ ਨੇ ਆਪਣਾ ਰੋਲ ਨੂੰ ਨਿਭਾਇਆ, ਦਿਲ ਨੂੰ ਪ੍ਰੋਪਰ ਛੂ ਗਈ ਫਿਲਮ, ਅਤੇ ਸਰਤਾਜ ਜਿਨ੍ਹਾਂ ਨੇ ਆਪਣਾ ਉਹਨੇ ਜਿਹੜੀ ਉਹਨਾਂ ਨੇ ਸਿੰਗਿੰਗ ਪੇਸ਼ ਕੀਤੀ, ਮੈਂ ਕਿਹਾ ਦਿਲ ਨੂੰ ਸਕੂਨ ਮਿਲਿਆ। ਥੈਂਕ ਯੂ ਅੰਕਲ ਜੀ। ਤੁਸੀਂ ਮੂਵੀ ਦੇਖ ਕੇ ਆਏ ਹੋ, ਕਿਵੇਂ ਲੱਗੀ? ਬਹੁਤ ਵਧੀਆ। ਮਤਲਬ ਜੇਕਰ ਸਰਤਾਜ ਨੂੰ ਤੁਸੀਂ ਗਾਉਂਦੇ ਤਾਂ ਸਭ ਨੇ ਦੇਖਿਆ, ਅਦਾਕਾਰੀ ਕਿਵੇਂ ਲੱਗੀ? ਅਦਾਕਾਰੀ ਬਹੁਤ ਬੇਕਮਾਲ ਹੈ। ਅਤੇ ਜੇਕਰ ਮੂਵੀ ਨੂੰ ਡਿਫਾਈਨ ਕਰਨਾ ਹੋਵੇ ਕੁਛ ਸ਼ਬਦਾਂ 'ਚ? ਮਤਲਬ ਵਧੀਆ ਸਟੋਰੀ ਆ, ਰੀਅਲ ਸਟੋਰੀ ਹੈ, ਅਤੇ ਮਤਲਬ ਇਮੋਸ਼ਨਲ ਹੁੰਦਾ ਬੰਦਾ, ਰੋਣਾ ਆਉਂਦਾ ਬੈਠ ਕੇ ਸੁਣ ਦੇਖ ਕੇ। ਪੰਜਾਬੀ ਤਾਂ ਹਮੇਸ਼ਾ ਕਹਿੰਦੇ ਕਮੇਡੀ ਮੂਵੀਆਂ ਦੇਖਦੇ। ਨਹੀਂ ਨਹੀਂ, ਬਹੁਤ ਬਹੁਤ ਵਧੀਆ, ਰੋਣਾ ਆਉਂਦਾ, ਮੈਨੂੰ ਆਪ ਰੋਣਾ ਆਇਆ ਬੈਠ ਦੇਖ ਕੇ ਮੂਵੀ। 10 'ਚੋਂ ਕਿੰਨੇ ਨੰਬਰ ਦਿਓਗੇ? 10 'ਚੋਂ 10। ਕਿਵੇਂ ਲੱਗੀ ਪਹਿਲਾਂ ਮੂਵੀ ਬਾਰੇ? ਭਾਅ ਜੀ ਮੇਰਾ ਨਾਮ ਪ੍ਰੀਤ ਸਿਮਰ ਆ, ਅਤੇ ਭਾਅ ਜੀ ਹੋਰਾਂ ਨੂੰ ਦਿਲੋਂ ਫੋਲੋ ਕੀਤਾ 2008-09 ਤੋਂ, ਅਤੇ ਆਪ ਵੀ ਮੈਂ ਲਿਖਦਾ ਗਾਉਂਦਾ, ਅਤੇ ਜਿੱਦਾਂ ਦਾ ਨਾਮ ਹੈ ਸ਼ਾਇਰ, ਅਤੇ ਸਾਡਾ ਪ੍ਰੋਫੈਸ਼ਨ ਵੀ ਇੱਦਾਂ ਦਾ, ਸੌਂਗ ਰਾਈਟਿੰਗ ਕਰਦੇ ਹਾਂ, ਲਫਜ਼ ਲਿਖਦੇ ਹਾਂ, 4 ਕਿਤਾਬਾਂ ਮੈਂ ਲਿਖ ਚੁੱਕਾ, ਮੈਂ ਵੀ ਲੋਕ ਸ਼ਾਇਰ ਪ੍ਰੀਤ ਸਿਮਰ ਕਹਿੰਦੇ ਆ, ਅਤੇ ਮੇਰੇ ਲਈ ਮੂਵੀ ਬਹੁਤ ਵੱਡੀ ਸੀ, ਅਤੇ ਜਦੋਂ ਮੂਵੀ ਦਾ ਮੈਨੂੰ ਪਤਾ ਲੱਗਿਆ ਕਿ ਸ਼ਾਇਰ ਰਿਲੀਜ਼ ਹੋਣ ਵਾਲੀ ਹੈ, ਅਤੇ ਸਰਤਾਜ ਸਾਹਿਬ ਨੇ ਜਿੱਦਾਂ ਹੀ ਸ਼ਾਇਰ ਦਾ ਅਨਾਊਂਸ ਕੀਤਾ, ਮੈਂ ਟੈਟੂ ਕਰਾਇਆ ਜੀ, ਸ਼ਾਇਰ ਪੱਕਾ ਪਰਮਾਨੈਂਟ ਟੈਟੂ ਆ ਉਰਦੂ ਦੇ ਵਿੱਚ। ਇਹਦੀ ਆਹ ਦੇਖੋ ਜੀ, ਇਸ ਜ਼ਬਾਨ ਦੀ ਭਾਅ ਜੀ ਖਾਸੀਅਤ ਇੰਨੀ ਹੈ, ਕਰਾਉਣ ਨੂੰ ਪੰਜਾਬੀ ਅੰਗਰੇਜ਼ੀ ਹਿੰਦੀ 'ਚ ਵੀ ਕਰਾ ਸਕਦੇ ਸੀ, ਪਰ ਉਰਦੂ ਦੀ ਜੋ ਖਾਸੀਅਤ ਹੈ ਭਾਅ ਜੀ, ਅਤੇ ਇਹਨੂੰ ਸਰਤਾਜ ਸਾਹਿਬ ਨੇ ਜੋ ਉਰਦੂ ਦੇ ਲਫਜ਼ ਪੋਇਟਰੀ 'ਚ ਯੂਜ਼ ਕਰਦੇ ਆ, ਇਸ ਕਰਕੇ ਮੈਂ ਸੋਚਿਆ ਕਿ ਉਰਦੂ ਵਿੱਚ ਕਰਾਇਆ ਜਾਏ। ਅਤੇ ਸ਼ਾਇਰ ਬਾਰੇ ਕਹਿਣਾ ਚਾਹਾਂਗਾ ਕਿ ਹੁਣ ਤੱਕ ਦੀਆਂ ਜਿੰਨੀਆਂ ਮੂਵੀਜ਼ ਆਪਾਂ ਦੇਖਦੇ ਹਾਂ, ਸਰਤਾਜ ਸਾਹਿਬ ਨੇ ਜਿੰਨੀਆਂ ਵੀ ਕੀਤੀਆਂ 2-3, ਸਾਰੀਆਂ ਬਾਕਮਾਲ ਆ, ਪਰ ਇਹ ਜਿਹੜੀ ਮੂਵੀ ਹੈ ਨਾ ਜੀ, ਇਹਦਾ ਇੱਕ ਹੋਰ ਹੀ ਲੈਵਲ ਆ, ਇਹਦੀ ਪ੍ਰੋਡਕਸ਼ਨ ਦਾ ਲੈਵਲ, ਇਹਦੇ ਕਾਸਟਿੰਗ ਦਾ ਲੈਵਲ, ਅਤੇ ਨੀਰੂ ਬਾਜਵਾ ਦੀ ਜਿਹੜੀ ਐਕਟਿੰਗ ਆ, ਬਾਕਮਾਲ ਆ ਜੀ, ਮੂਵੀ ਬਹੁਤ ਹਿੱਟ ਹੋਣ ਵਾਲੀ ਹੈ ਜੀ। ਸਰਤਾਜ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ? ਸਰਤਾਜ ਸਾਹਿਬ ਬਾਰੇ ਮੈਂ ਇੱਕ ਵਾਰੀ ਕਿਹਾ ਸੀਗਾ ਕਿ ਸਿਮਰ ਕਰੇ 1000 ਸਜਦੇ ਜਿਸ ਨੇ ਐਸਾ ਪੁੱਤ ਹਜਾਇਆ, ਮਾਂ ਦੀਆਂ ਦੁਆਵਾਂ ਨੇ ਇਸ ਨੂੰ ਸਰਤਾਜ ਬਣਾਇਆ, ਆਖਰ ਮਿਹਨਤ ਦਾ ਮੁੱਲ ਪੈਂਦਾ, ਇਹਦੇ ਗੀਤ ਗਵਾਈਆਂ ਭਰਦੇ, ਅਸੀਂ ਫੈਨ ਸਤਿੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ, ਅਸੀਂ ਫੈਨ ਸਤਿੰਦਰ ਦੇ ਖੁਦ ਨੂੰ ਉਹਦੇ ਵਰਗਾ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਰੇ ਇੱਥੇ ਆਏ ਹੋ ਅੱਜ। ਜਿਨ੍ਹਾਂ ਜਿਨ੍ਹਾਂ ਨੇ ਵੀ ਫਿਲਮ ਦੇਖੀ ਆ ਉਹਨਾਂ ਉਹ ਸ਼ਾਇਦ ਸਮਝ ਗਏ ਹੋਣਗੇ ਫਿਲਮ ਇਸ ਕਿਸ ਚੀਜ਼ ਦੇ ਬਾਰੇ ਆ। ਥੈਂਕ ਯੂ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹਨ। ਮੇਰੇ ਤਾਂ ਬਹੁਤ ਅਸਰ ਪਿਆ ਹੋਇਆ ਫਿਲਮ ਦਾ, ਐਂਡ ਮੈਂ ਮਤਲਬ ਮੈਂ ਫਿਲਮ ਦੇ ਵਿੱਚ ਹੀ ਹਾਂ ਹਜੇ,
ਮੈਂ ਕਹੂੰਗਾ ਕਿ ਫਿਲਮਾਂ ਬਹੁਤ ਔਖੀਆਂ ਬਣਦੀਆਂ ਨੇ, ਖਾਸ ਤੌਰ 'ਤੇ ਇਹੋ ਜਿਹੀ ਫਿਲਮ ਬੜੇ ਵਿਭਾਗ ਨਾਲ ਬਣਦੀ ਹੈ ਜਿਹਦੇ ਵਿੱਚ ਇੰਨੇ ਐਲੀਮੈਂਟ ਇੰਨੇ ਸੱਚਾਈ ਨਾਲ ਇੰਨੀ ਬਰੀਕੀ ਦੇ ਨਾਲ ਆਉਂਦੇ ਆ। ਸੋ ਮੈਂ ਇੱਕ ਵਾਰੀ ਤਾਕੀਦ ਕਰਦਾ, ਤੁਹਾਡੀ ਜ਼ਿੰਦਗੀ ਦੇ 2 ਘੰਟੇ 40 ਮਿੰਟ ਹੈ, ਸਿਰਫ 20 ਮਿੰਟ ਆਉਣ ਜਾਣ ਹੋਊਗਾ, ਜ਼ਰੂਰ ਇੱਕ ਵਾਰੀ ਇਨੀਸ਼ੀਏਟ ਲਿਓ ਫਿਲਮ ਦੇਖਣ ਦੇ ਲਈ, ਅਤੇ ਤੁਸੀਂ ਮੇਰੇ ਖਿਆਲ 'ਚ ਖੁਸ਼ ਹੀ ਹੋਣਗੇ।